केस वगैरह आता है ये अपनी पूरी अवाजत करते हैं फ्री दे विच जानी इन्हां वाली केसां की कार्रवाई की जाती है सारिया जथेबंदियों वालों असं इन्हों का धन्यवाद भी करते हैं। हुण मैडम बलवीर कौर जी एडवोकेट मानसा अज 53 दिन हो गए आपां नूं धरने ते बैठिआं नूं ते हुण अपने कोल इक ही प्रोग्राम है ते उह है साडा विआह वर्गा माहौल दिल्ली जाण दा क्योंकि अज बच्चे बच्चे दी जवान ते सिर्फ इक्को ही नारा है कि दिल्ली चलो क्योंकि सानूं पता है कि 26 तरीक नूं असीं दिल्ली वल वधना है ते पिंडां दे विच जिहड़ी तैयारी हो रही है जथेबंदियां दी बड़े जोरों शोर नाल हो रही है ते मैं धन्नवादी हां साडी डकौंदा जथेबंदी दीआं उहनां औरतां दे ਜਿਹੜੀਆਂ ਪਿੰਡਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਅੱਗੇ ਰਾਸ਼ਨ ਫੰਡ ਇਕੱਠਾ ਕਰ ਰਹੀਆਂ ਨੇ ਕਿਉਂਕਿ ਸਾਰੀਆਂ ਹੀ ਜਥੇਬੰਦੀਆਂ ਦੀ ਇੱਕ ਨਾਰਾ ਸੀ ਵੀ ਔਰਤਾਂ ਨੂੰ ਅੱਗੇ ਲਿਆਉਣਾ ਤੇ ਸ਼ਾਇਦ ਇਹ ਸੰਘਰਸ਼ ਨੇ ਇਸ ਅੰਦੋਲਨ ਨੇ ਔਰਤਾਂ ਨੂੰ ਉਸ ਮੁਕਾਮ ਤੱਕ ਪਹੁੰਚਾ ਦਿੱਤਾ ਕਿ ਜਿਹੜੀਆਂ ਔਰਤਾਂ ਹੁਣ ਰਹਿਨੁਮਾਈ ਪਿੰਡਾਂ ਦੇ ਵਿੱਚ ਕਰ ਰਹੀਆਂ ਨੇ ਵੱਖ ਵੱਖ ਜਥੇਬੰਦੀਆਂ ਦੀਆਂ ਔਰਤਾਂ ਦੀਆਂ ਵੀਡੀਓ ਆ ਰਹੀਆਂ ਨੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗ ਚੁੱਕਿਆ ਕਿ ਔਰਤਾਂ ਪਿੰਡਾਂ ਦੇ ਵਿੱਚ ਆਪ ਮੁਹਾਰੇ ਆਪਣਾ ਜਿਹੜਾ ਪ੍ਰਬੰਧ ਕਰ ਰਹੀਆਂ ਨੇ ਇੱਕ ਚੰਗੀ ਸੋਚ ਇੱਕ ਚੰਗਾ ਉਦੇਸ਼ ਲੈ ਕੇ ਚੱਲ ਰਹੀਆਂ ਨੇ ਕਿਉਂਕਿ ਜਿਹੜਾ ਅਸੀਂ ਦਿੱਲੀ ਦੇ ਵਿੱਚ ਜਾਣਾ ਹੈ ਇਹ ਪਿੰਡਾਂ ਦੇ ਵਿੱਚ ਪਹਿਲਾਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਸੀ ਵੀ ਔਰਤਾਂ ਜਿਹੜੀਆਂ ਨਾ ਜਾਣ ਕਿਉਂਕਿ ਕੋਸ਼ਿਸ਼ ਸੀਗੀ ਕੁਝ ਲੋਕਾਂ ਦੀ ਵੀ ਔਰਤਾਂ ਇਸ ਅੰਦੋਲਨ ਦੇ ਵਿੱਚ ਨਾ ਜਾਣ ਪਰ ਉਸ ਸੋਚ ਨੂੰ ਬਦਲਣ ਦੇ ਲਈ ਔਰਤਾਂ ਆਗੂਆਂ ਨੇ ਜੋ ਮਿਹਨਤ ਪਿੰਡਾਂ ਵਿੱਚ ਕੀਤੀ ਜਾ ਰਹੀ ਹੈ ਉਹਦੇ ਲਈ ਮੈਂ ਉਹਨਾਂ ਨੂੰ ਸਿਜਦਾ ਕਰਦੀ ਹਾਂ ਕਿਉਂਕਿ ਔਰਤਾਂ ਦਾ ਪਿੰਡਾਂ ਦੇ ਵਿੱਚ ਆਗੂਆਂ ਦੇ ਨਾਲ ਮੋਢੇ ਨਾਲ ਮੋਢਾ ਤੋੜਨ ਕੇ ਲੱਗਣਾ ਤੇ ਹੁਣ ਜਥੇਬੰਦੀਆਂ ਦੀ ਰਹਿਨੁਮਾਈ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਜਿਹੜੀਆਂ ਔਰਤਾਂ ਨੇ ਇਸ ਅੰਦੋਲਨ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀਆਂ ਨੇ ਮੈਂ ਅੱਜ ਇੱਕ ਵੀਡੀਓ ਵੀ ਅਪਲੋਡ ਕੀਤੀ ਹੈ ਵੀ ਔਰਤਾਂ ਨੂੰ ਕੋਈ ਫਿਕਰ ਨਹੀਂ ਕਰਨੀ ਚਾਹੀਦੀ ਕਿਉਂਕਿ ਜਦੋਂ ਅਸੀਂ ਵੀਰਾਂ ਦੇ ਨਾਲ ਸੰਘਰਸ਼ ਦੇ ਵਿੱਚ ਜਾ ਰਹੇ ਹਾਂ ਜਦੋਂ ਤੁਸੀਂ ਇੱਥੇ ਵੀ ਆਉਣੇ ਹੋ ਵੱਖ ਵੱਖ ਅੰਦੋਲਨਾਂ ਵੀ ਸਾਡੇ ਨਾਲ ਜਾਂਦੇ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਸਾਡੀ ਬਣਦੀ ਹੈ ਕੋਈ ਵੀ ਸਮੱਸਿਆ ਆਉਂਦੀ ਹੈ ਉਸ ਸਮੱਸਿਆ ਦੇ ਲਈ ਅਸੀਂ ਤੁਹਾਡੇ ਨਾਲ ਖੜੇ ਹਾਂ ਜਿੱਥੇ ਵੀ ਆਪਾਂ ਨੂੰ ਘੇਰਦੀ ਹੈ ਸਰਕਾਰ ਜਿੱਥੇ ਵੀ ਆਪਾਂ ਨੂੰ ਆਪਦੇ ਤੰਬੂ ਗੱਡਣੇ ਪੈਂਦੇ ਆ ਰਹਿਣਾ ਪੈਂਦਾ ਤਾਂ ਉੱਥੇ ਜਿਹੜਾ ਪ੍ਰਬੰਧ ਉਹ ਸਹੀ ਹੋਊਗਾ ਕਿਉਂਕਿ ਵੱਖ ਵੱਖ ਬੁਲਾਰਿਆਂ ਦਾ ਸਟੇਜ ਤੋਂ ਪ੍ਰਬੰਧ ਬਾਰੇ ਬੋਲਣਾ ਇਸ ਗੱਲ ਦੀ ਸੁਚੇਤ ਕਰਦਾ ਹੈ ਕਿ ਹਰ ਇੱਕ ਲੀਡਰ ਨੂੰ ਤੁਹਾਡੀ ਫਿਕਰ ਹੈ ਹਰ ਇੱਕ ਲੀਡਰ ਨੂੰ ਪਤਾ ਵੀ ਅਸੀਂ ਕੀ ਸਮਾਨ ਲੈ ਕੇ ਜਾਣਾ ਮੈਂ ਤਾਂ ਇੱਕੋ ਹੀ ਬੇਨਤੀ ਕਰੂੰਗੀ ਵੀ ਜਿਹੜੇ ਭਾਈ ਕੋਈ ਮਰੀਜ਼ ਨੇ ਜਿਹੜੀ ਆਪਣੀ ਖਾਸ ਕੋਈ ਬਿਮਾਰੀ ਦੀ ਦਵਾਈ ਖਾਂਦੇ ਆ ਉਹ ਜ਼ਰੂਰ ਲੈ ਕੇ ਜਾਣ ਕਿਉਂਕਿ ਉੱਥੇ ਮੈਡੀਕਲ ਸਹੂਲਤ ਆਪਾਂ ਨੂੰ ਮਿਲ ਸਕਦੀ ਹੈ ਪਰ ਛੋਟੀ ਮੋਟੀ ਬਿਮਾਰੀ ਦੀ ਮਿਲ ਸਕਦੀ ਹੈ ਜੇ ਕੋਈ ਆਪਾਂ ਇਲਾਜ ਲੰਬਾ ਚਲਾ ਰਹੇ ਹਾਂ ਤਾਂ ਉਹਦੀ ਦਵਾਈ ਲੈਣਾ ਨਾ ਭੁੱਲਿਓ ਕਿਉਂਕਿ ਅੱਜ ਸਾਡੀ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਅੱਜ ਸਾਨੂੰ ਤਾਕਤ ਚਾਹੀਦੀ ਉਸ ਮੋਦੀ ਸਰਕਾਰ ਨਾਲ ਲੜਨ ਦੇ ਲਈ ਤੇ ਅਸੀਂ ਛੋਟੀਆਂ ਮੋਟੀਆਂ ਮੁਸ਼ਕਲਾਂ ਤੋਂ ਨਹੀਂ ਘਬਰਾਉਣਾ ਅਸੀਂ ਜਿਹੜੇ ਕਾਫਲੇ ਬਾਰੇ ਸੋਚਿਆ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਹੈ ਇਹੀ ਸਾਡੀ ਅੱਜ ਸੋਚ ਹੈ ਤੇ ਇੱਕ ਲੋੜ ਹੈ ਤੇ ਮੈਨੂੰ ਔਰਤਾਂ ਵੱਲੋਂ ਇਹ ਫੋਨ ਵੀ ਆ ਰਹੇ ਨੇ ਤੇ ਇਹ ਚੰਗੀ ਇੱਕ ਗੱਲ ਸੰਕੇਤ ਆ ਰਿਹਾ ਹੈ ਕਿ ਔਰਤਾਂ ਜ਼ਰੂਰ ਜਾਣਗੀਆਂ ਵੱਧ ਚੜ ਕੇ ਜਾਣਗੀਆਂ ਔਰਤਾਂ ਦਾ ਇਸ ਗੱਲ ਦਾ ਪੁੱਛਣਾ ਕਿ ਦਿੱਲੀ ਜਾਣ ਲਈ ਕੋਈ ਸਾਧਨ ਮਿਲ ਗਏ ਜਾਂ ਉਹਨਾਂ ਦਾ ਤਿਆਰੀ ਬਾਰੇ ਪੁੱਛਣਾ ਇਸ ਗੱਲ ਦਾ ਸੰਕੇਤ ਹੈ ਕਿ ਇਸ ਅੰਦੋਲਨ ਲਈ ਵੀ ਔਰਤਾਂ ਤਿਆਰ ਨੇ ਮੇਰੀ ਬੇਟੀ ਦਾ ਵੀ ਅੱਜ ਇਹ ਕਹਿਣਾ ਸੀ ਵੀ ਜੇ ਤੁਸੀਂ ਦੋਏ ਨਹੀਂ ਜਾਂਦੇ ਅਸੀਂ ਚਕੇਰੀਆਂ ਨਾਲ ਵਗ ਜਾਂਗੇ ਫਲਾਣੇ ਪਿੰਡਾਂ ਨਾਲ ਵਗ ਜਾਂਗੇ ਇਸ ਗੱਲ ਦਾ ਸੰਕੇਤ ਹੈ ਕਿ ਬੱਚੇ ਵੀ ਜਾਣ ਨੂੰ ਤਿਆਰ ਨੇ ਤੇ ਸਾਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਤੇ ਸਾਡੀ ਜਿਹੜੀ ਲੜਾਈ ਹੈ ਹੁਣ ਦਿੱਲੀ ਸਰਕਾਰ ਨਾਲ ਹੈ ਤੇ ਇੱਥੋਂ ਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ 26 ਤੱਕ ਸਾਡੇ ਨਾਲ ਕੋਈ ਪੰਗਾ ਨਾ ਲਿਆ ਜਾਵੇ ਕੋਈ ਸਾਡੇ ਤੇ ਕੋਈ ਮਾਮਲਾ ਹੈ ਜਾਂ ਨਾ ਵਿੱਚ ਟੰਗ ਅੜਾਈ ਜਾਵੇ ਵੀ ਜਿਹੜੀ ਲੜਾਈ ਅਸੀਂ ਮੋਦੀ ਨਾਲ ਜਿੱਤੀ ਹੈ ਸਾਨੂੰ ਉਹਦੇ ਵਿਲਜਾਮ ਦੇ ਵਿੱਚ ਕੋਈ ਅੜਿੱਕਾ ਨਾ ਲਾਇਆ ਜਾਵੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਸੀਂ ਲੜ ਰਹੇ ਹੋ ਤੇ ਪਿੰਡਾਂ ਵਿੱਚ ਜੋ ਲਹਿਰ ਹੁਣ ਜਥੇਬੰਦੀਆਂ ਦੀ ਚੱਲੀ ਹੈ ਇਹ ਆਪਾਂ ਨੂੰ ਜਿੱਤ ਜ਼ਰੂਰ ਦਵਾਓਗੀ ਧੰਨਵਾਦ ਜੈ ਜਨਤਾ ਜੈ ਲੜਨ ਵਾਲੇ ਲੋਕਾਂ।